ਮੇਰਾ ਸੰਦੇਸ਼ ਇਹ ਦੇਸ਼ ਵਾਸੀਆਂ ਨੂੰ ਇਹ ਆ ਕਿ ਜਿਹੜੇ ਮਾਂ ਬਾਪ ਆ ਇਹ ਦੁਬਾਰਾ ਜ਼ਿੰਦਗੀ ਵਿੱਚ ਨਹੀਂ ਮਿਲਣੇ, ਇਹਨਾਂ ਨੂੰ ਸੰਭਾਲ ਕੇ ਰੱਖੋ। ਇਹ ਤੁਹਾਡੇ ਕੋਲ ਕੁਛ ਨਹੀਂ ਮੰਗਦੇ, ਸਿਰਫ ਇੱਕ ਇਹਨਾਂ ਨੂੰ ਆਪਾਂ ਰੋਟੀ ਪਾਣੀ ਦੇਣਾ, ਜਿਹਨਾਂ ਨੂੰ ਹੱਸ ਕੇ ਬੁਲਾਉਣਾ ਹੈ, ਹੋਰ ਆਪਾਂ ਇਹਨਾਂ ਨੂੰ ਕੀ ਦੇਣਾ? ਕੁਛ ਵੀ ਨਹੀਂ। ਅਸੀਂ ਵੀ ਇਹਨਾਂ ਨੂੰ ਇੱਥੇ ਰੋਟੀ ਪਾਣੀ ਦਿੰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਅਤੇ ਸਾਨੂੰ ਪਿਆਰ ਕਰਦੇ, ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ। ਦ ਹੰਸ ਫਾਊਂਡੇਸ਼ਨ ਨੇ ਗੁਰੂ ਨਾਨਕ ਨਾਮ ਸੇਵਾ ਘਰ ਵਿਖੇ ਲਗਾਇਆ ਮੈਡੀਕਲ ਕੈਂਪ। ਗੁਰੂ ਨਾਨਕ ਨਾਮ ਸੇਵਾ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਗੁਰੂ ਨਾਨਕ ਨਾਮ ਸੇਵਾ ਘਰ ਹੁਸ਼ਿਆਰਪੁਰ ਵਿਖੇ ਦ ਹੰਸ ਫਾਊਂਡੇਸ਼ਨ ਦੇ ਮੋਬਾਈਲ ਮੈਡੀਕਲ ਯੂਨਿਟ 07 ਦੀ ਟੀਮ ਦੁਆਰਾ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾਕਟਰ ਸਚਿਨ ਸ਼ਰਮਾ ਵੱਲੋਂ 90 ਤੋਂ ਵੱਧ ਦੇ ਕਰੀਬ ਬਜ਼ੁਰਗਾਂ ਅਤੇ ਹੋਰ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ। ਇਸ ਕੈਂਪ ਦੌਰਾਨ ਲੈਬ ਟੈਕਨੀਸ਼ੀਅਨ ਲਕਸ਼ਮੀਪਾਲ ਵੱਲੋਂ 180 ਤੋਂ ਵੱਧ ਮੁਫਤ ਟੈਸਟ ਵੀ ਕੀਤੇ ਗਏ। ਟੈਸਟਾਂ ਤੋਂ ਬਾਅਦ ਡਾਕਟਰ ਸਚਿਨ ਸ਼ਰਮਾ ਵੱਲੋਂ ਮਰੀਜ਼ਾਂ ਨੂੰ ਮੁਫਤ ਦਵਾਈ ਵੀ ਦਿੱਤੀ ਗਈ। ਹੰਸ ਫਾਊਂਡੇਸ਼ਨ ਵੱਲੋਂ ਦਵਾਈਆਂ ਮੁਫਤ ਵੀ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਗੁਰੂ ਨਾਨਕ ਨਾਮ ਦੇਵਾ ਚੈਰੀਟੇਬਲ ਫਾਊਂਡੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਸੁਰ ਦੁਆਰਾ ਦੱਸਿਆ ਗਿਆ ਕਿ ਇਸ ਬਿਰਧ ਆਸ਼ਰਮ ਵਿੱਚ 25 ਤੋਂ ਵੱਧ ਬੇਸਹਾਰਾ ਬਜ਼ੁਰਗ ਅਤੇ ਔਰਤਾਂ ਰਹਿੰਦੇ ਹਨ। ਉਹਨਾਂ ਨੇ ਹੰਸ ਫਾਊਂਡੇਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਜੋ ਕਿ ਮਹੀਨੇ 'ਚ ਇੱਕ ਵਾਰ ਬਜ਼ੁਰਗਾਂ ਲਈ ਮੁਫਤ ਚੈੱਕਅਪ ਕੈਂਪ ਲਗਾਉਂਦੀ ਹੈ। ਮਰੀਜ਼ਾਂ ਨੂੰ ਜ਼ਰੂਰਤ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਸੰਸਥਾ ਦੀ ਟ੍ਰਸਟੀ ਸ਼੍ਰੀਮਤੀ ਰਾਜਿੰਦਰ ਕੌਰ ਵੱਲੋਂ ਖਾਸ ਤੌਰ 'ਤੇ ਸੋਸ਼ਲ ਪ੍ਰੋਟੈਕਸ਼ਨ ਅਫਸਰ ਨਿਸ਼ਾ ਦਾ ਧੰਨਵਾਦ ਕੀਤਾ ਗਿਆ, ਜਿਸ ਦੀ ਪਹਿਲਕਦਮੀ ਅਤੇ ਉਪਰਾਲੇ ਨਾਲ ਇਹ ਕੈਂਪ ਲੱਗਣਾ ਸ਼ੁਰੂ ਹੋਇਆ ਹੈ। ਇਸ ਮੌਕੇ ਦ ਹੰਸ ਫਾਊਂਡੇਸ਼ਨ ਦੀ ਟੀਮ ਵੱਲੋਂ ਡਾਕਟਰ ਸਚਿਨ ਸ਼ਰਮਾ, ਸੋਸ਼ਲ ਪ੍ਰੋਟੈਕਸ਼ਨ ਅਫਸਰ ਨਿਸ਼ਾ ਤੋਂ ਇਲਾਵਾ ਲਕਸ਼ਮੀਪਾਲ, ਲੈਬ ਟੈਕਨੀਸ਼ੀਅਨ ਅਤੇ ਪਾਇਲਟ ਸ਼ਾਮਲ ਸਨ। ਇਸ ਮੌਕੇ ਗੁਰੂ ਨਾਨਕ ਸੇਵਾ ਕਰਦੇ ਸਮੂਹ ਅਹੁਦੇਦਾਰਾਂ ਵੱਲੋਂ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਸੋਹਪੇ ਪਾ ਕੇ ਸਨਮਾਨਿਤ ਕੀਤਾ ਗਿਆ। ਪੇਸ਼ ਹੈ 47 ਨਿਊਜ਼ ਇੰਡੀਆ ਦੇ ਪੱਤਰਕਾਰ ਸ਼ਰਮਿੰਦਰ ਸਿੰਘ, ਇੰਦਰਜੀਤ ਵਰਮਾ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਸ਼ਿੰਗਰਾ ਸਿੰਘ ਹੈ। ਗੁਰੂ ਨਾਨਕ ਨਾਮ ਦੇਵਾ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇਹ ਸੰਸਥਾ ਚਲਾਈ ਜਾ ਰਹੀ ਹੈ। ਤਕਰੀਬਨ 12-13 ਸਾਲ ਤੋਂ ਇਹ ਸੰਸਥਾ ਚਲਦੀ ਜਾ ਰਹੀ ਹੈ, ਜਿਸ ਵਿੱਚ ਅਸੀਂ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੀ ਸੇਵਾ ਮੁਹੱਈਆ ਕਰਵਾਉਂਦੇ ਹਾਂ। ਹਰ ਮਹੀਨੇ ਤਕਰੀਬਨ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ, ਤਾਂ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਮਿਲਦੀ ਰਹੇ, ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਬਾਕੀ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਇੱਥੇ ਚੱਲਦੀਆਂ ਰਹਿੰਦੀਆਂ ਹਨ।
ਪਹਿਲਾਂ ਅਸੀਂ ਕੈਂਪ ਲਗਾ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਕੈਂਪ ਵੀ ਲਗਾਉਂਦੇ ਸੀ, ਪਰ ਸ਼ਹਿਰਾਂ ਸ਼ਹਿਰਾਂ ਵਿੱਚ ਜਾ ਕੇ ਕੈਂਪ ਲਗਾਉਂਦੇ ਸੀ, ਹਰ ਤਰ੍ਹਾਂ ਦੇ ਸਕੂਲਾਂ ਵਿੱਚ ਵੀ ਜਾ ਕੇ ਕੈਂਪ ਲਗਾਈ ਜਾਂਦੇ ਸਨ, ਅਤੇ ਹੁਣ ਅਸੀਂ ਇੱਥੇ ਪਰਮਾਨੈਂਟਲੀ ਇੱਕੋ ਹੀ ਕੰਮ ਰੱਖਿਆ, ਅਤੇ ਬਜ਼ੁਰਗਾਂ ਦੀ ਸੇਵਾ ਕਰਨੀ, ਬਜ਼ੁਰਗਾਂ ਦੀ ਸੇਵਾ ਕਰਨ ਦੇ ਨਾਲ ਸਾਨੂੰ ਬੜਾ ਸੰਤੋਖ ਮਿਲਦਾ ਹੈ। ਇਹ ਸਰਦਾਰ ਸੁਰਿੰਦਰ ਸਿੰਘ ਜੀ ਗੁਰੂ ਨਾਨਕ ਸੇਵਾ ਘਰ ਦੇ ਪ੍ਰਧਾਨ ਜੀ ਹਨ। ਇਹ ਇਸ ਵੇਲੇ ਯੂਕੇ ਰਹਿੰਦੇ ਹਨ ਅਤੇ ਹਰੇਕ 3 ਮਹੀਨਿਆਂ ਬਾਅਦ ਇੱਥੇ ਆ ਕੇ ਬਜ਼ੁਰਗਾਂ ਦੀ ਸੇਵਾ ਕਰਦੇ ਹਨ। ਜਿਸ ਤਰ੍ਹਾਂ ਵੀ ਕਿਸੇ ਨੂੰ ਲੋੜ ਹੁੰਦੀ ਹੈ ਉਹ ਹਰੇਕ ਬਜ਼ੁਰਗ ਦੀ ਲੋੜ ਪੂਰੀ ਕਰਦੇ ਹਨ, ਅਤੇ ਇਹ 6 ਮਹੀਨਿਆਂ ਬਾਅਦ ਸਾਰੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਦਿਖਾਉਂਦੇ ਹਨ। ਜਿਸ ਤਰ੍ਹਾਂ ਇਹਨਾਂ ਨੂੰ ਚੰਗਾ ਲੱਗਦਾ ਹੈ ਜੇ ਕਿਸੇ ਇਹਨਾਂ ਨੂੰ ਬਾਹਰ ਖਾਣਾ ਖਿਲਾਉਣ ਜਾਣਾ ਅਤੇ ਕਿਸੇ ਹੋਟਲ ਵਿੱਚ ਜਾ ਕੇ ਇਹਨਾਂ ਨੂੰ ਖਾਣਾ ਵੀ ਖਿਲਾ ਕੇ ਲਿਆਉਂਦੇ ਹਨ, ਅਤੇ ਇਹਨਾਂ ਦਾ ਇਹ ਹੀ ਹੈ ਕਿ ਮੈਂ ਵੱਧ ਤੋਂ ਵੱਧ ਸੇਵਾ ਕਰਾਂ ਕਿ ਕਿਸੇ ਚੀਜ਼ ਦੀ ਇਹਨਾਂ ਨੂੰ ਕਮੀ ਨਾ ਰਹੇ। ਇਸ ਵੇਲੇ ਸਾਡੇ ਕੋਲ 25 ਬਜ਼ੁਰਗ ਹੈ ਅਤੇ ਤਕਰੀਬਨ 150 ਬਜ਼ੁਰਗ ਇੱਥੇ ਰਹਿ ਚੁੱਕਾ ਹੈ। ਕਈਆਂ ਦੇ ਇਹਨਾਂ ਨੇ ਫੈਸਲੇ ਕਰਾ ਕੇ ਘਰ ਪਹੁੰਚਾ ਦਿੱਤਾ ਹੈ, ਕਈਆਂ ਦੀ ਡੈਥ ਵੀ ਹੋ ਗਈਆਂ ਹਨ, ਅਤੇ ਸਾਰਾ ਕੰਮ ਇਹ ਆਪ ਹੀ ਕਰਦੇ ਹਨ। ਹਾਂਜੀ, ਕਈ ਤੇ ਬਜ਼ੁਰਗ ਇੱਦਾਂ ਜਿਹਨਾਂ ਦੇ ਬੱਚੇ ਛੱਡ ਕੇ ਜਾਂਦੇ ਆ ਅਤੇ ਉਹਨਾਂ ਦੀਆਂ ਨੂੰਹਾਂ ਕਹਿ ਦਿੰਦੇ ਆ ਕਿ ਜਾਂ ਇਹਨਾਂ ਨੂੰ ਰੱਖੋ ਤਾਂ ਸਾਨੂੰ ਰੱਖੋ, ਅਤੇ ਉਹ ਇੱਕ ਵਾਰ ਛੱਡ ਜਾਂਦੇ ਪਰ ਦੁਬਾਰਾ ਇਹਨਾਂ ਨੂੰ ਦੇਖਣ ਨਹੀਂ ਆਉਂਦੇ ਹੈਗੇ। ਕਈ ਲਵਾਰਸ ਹੁੰਦੇ ਆ, ਉਹਨਾਂ ਨੂੰ ਅਸੀਂ ਰੋਡ ਤੋਂ ਚੁੱਕ ਕੇ ਲਿਆਈਦਾ, ਜੇ ਕਈ ਜ਼ਿਆਦਾ ਸੀਰੀਅਸ ਹੁੰਦੇ ਤਾਂ ਉਸ ਉਹਨਾਂ ਨੂੰ ਐਮਰਜੈਂਸੀ ਵਿੱਚ ਵੀ ਦਾਖਲ ਕਰਾ ਕੇ ਆਈਦਾ, ਅਤੇ ਬਸ ਇੱਦਾਂ ਇਹਨਾਂ ਦੀ ਸੇਵਾ ਚੱਲਦੀ ਪਈ ਹੈ। ਇਹਨਾਂ ਦਾ ਬਿਲਕੁਲ ਖਾਣਾ ਪੀਣਾ ਕੱਪੜੇ ਮੈਡੀਕਲ ਸਭ ਕੁਛ ਫ੍ਰੀ ਹੈ ਇਹਨਾਂ ਨੇ ਇੱਥੇ।